ਤਾਂ ਦੋਸਤੋ ਪਹਿਲਾਂ ਤਾਂ ਲੋਕ ਪੰਜਾਬ ਤੋਂ ਕੈਨੇਡਾ ਜਾਣ ਲਈ ਪੈਸੇ ਲਾ ਦਿੰਦੇ ਹਨ 20 ਤੋਂ 25 ਲੱਖ, ਫਿਰ ਉੱਥੇ ਜਾ ਕੇ ਕੀ ਹਾਲ ਹੁੰਦਾ ਹੈ ਇਸ ਮੁੰਡੇ ਨੇ ਦੱਸਿਆ। ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਪੰਜਾਬੀਆਂ ਨਾਲ ਤਾਂ ਉਹ ਗੱਲ ਬਣ ਗਈ ਕਿ ਗਾਂ ਵੇਚ ਕੇ ਖੋਤੀ ਲੈ ਲਈ, ਦੁੱਧ ਗਵਾ ਲਿਆ ਅਤੇ ਲੱਦ ਪੱਲੇ ਪਾ ਲਏ। 20-25 ਲੱਖ ਲਾ ਕੇ ਇੱਥੇ ਆ ਕੇ ਰਾਤ ਨੂੰ ਸੌਣਾ ਨਹੀਂ ਮਿਲਦਾ, ਤਾਜ਼ਾ ਖਾਣਾ ਨਹੀਂ ਮਿਲਦਾ, ਸਾਰੀ ਜ਼ਿੰਦਗੀ ਦੀਆਂ ਕਿਸ਼ਤਾਂ ਨਹੀਂ ਮੁੱਕਦੀਆਂ। ਇੱਕ ਬੰਦੇ ਨੂੰ 10 ਬੰਦੇ ਵਿਹਲੇ ਨੂੰ ਖਵਾ ਨਹੀਂ ਸਕਦੇ। ਸਾਰੀ ਜ਼ਿੰਦਗੀ ਦਾ ਲੋਕ ਇਹ ਇੱਥੋਂ ਦੀ